ਸਤਿ ਸ਼੍ਰੀ ਅਕਾਲ, ਸਵਾਗਤ ਆ ਤੁਹਾਡਾ ਸਾਡੇ ਚੈਨਲ ਕ੍ਰੀਏਟਿਵ ਹਾਊਸ ਵਾਈਫ 'ਚ। ਅੱਜ ਆਪਾਂ ਇੱਕ ਹੋਰ ਨਵੇਂ ਤਰੀਕੇ ਨਾਲ ਆਲੂ ਪਰਾਂਠਾ ਬਣਾਵਾਂਗੇ। ਉਹਦੇ ਲਈ ਵੀ ਆਪਾਂ ਉਬਲੇ ਹੋਏ ਆਲੂ ਲਵਾਂਗੇ। ਇਹਨਾਂ ਨੂੰ ਆਪਾਂ ਉਬਾਲ ਕੇ ਛਿੱਲ ਕੇ ਲੈ ਲਿਆ ਆ। ਹੁਣ ਆਪਾਂ ਗਰੇਟਰ ਦੀ ਹੈਲਪ ਨਾਲ ਜਾਂ ਕੱਦੂਕਸ਼ ਦੀ ਹੈਲਪ ਨਾਲ ਇਹਨਾਂ ਨੂੰ ਗਰੇਟ ਕਰ ਲਵਾਂਗੇ। ਫਿਰ ਆਪਾਂ ਕੀ ਕਰਨਾ ਹੈ, ਜਿਹੜਾ ਇਹ ਮਿਕਸਚਰ ਆ ਉਹੀ ਪ੍ਰੋਸੀਜਰ ਦੂਸਰੇ ਆਲੂ ਪਰਾਂਠੇ ਵਾਲਾ। ਇਹ ਮਿਕਸਚਰ ਨੂੰ ਇੱਕ ਵੱਡੇ ਬਾਊਲ ਦੇ ਵਿੱਚ ਪਾਵਾਂਗੇ ਅਤੇ ਇਹਦੇ ਵਿੱਚ ਆਪਾਂ ਕੁਛ ਇਨਗਰੀਡੀਐਂਟ ਐਡ ਕਰਾਂਗੇ। ਮੀਨਸ ਕੱਟੇ ਹੋਏ ਪਿਆਜ਼, ਆਪਾਂ 2 ਮੀਡੀਅਮ ਸਾਈਜ਼ ਦੇ ਪਿਆਜ਼ ਲਏ ਸੀ, ਉਹ ਬਰੀਕ ਕੱਟ ਲਿਆ। 7 ਤੋਂ 8 ਹਰੀ ਮਿਰਚ ਬਰੀਕ ਕੱਟ ਕੇ ਲੈ ਲਿਆ। ਹੁਣ ਆਪਾਂ ਇਹਦੇ ਵਿੱਚ 1 ਚਮਚ ਜੀਰਾ ਐਡ ਕਰਾਂਗੇ ਅਤੇ 2 ਛੋਟੇ ਚਮਚ ਨਮਕ ਦੇ ਐਡ ਕਰਾਂਗੇ। ਇਸ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ 1/2 ਛੋਟਾ ਚਮਚ ਲਾਲ ਮਿਰਚ ਪਾਊਡਰ ਅਤੇ 1 ਚਮਚ ਆਪਾਂ ਪਾਵਾਂਗੇ ਸੁੱਕੀ ਮੇਥੀ ਪਾਊਡਰ। ਇਹ ਸਾਰੇ ਜਿਹੜੇ ਆਪਾਂ ਇਨਗਰੀਡੀਐਂਟ ਪਾਏ ਆ, ਇਹਦੇ ਵਿੱਚ ਮਸਾਲੇ ਪਾਏ ਆ, ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਜੋ ਸਾਰੇ ਆਲੂਆਂ ਦੇ ਵਿੱਚ ਇੱਕੋ ਜਿਹਾ ਮਿਕਸ ਹੋ ਜਾਏ। ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ। ਮਿਕਸ ਕਰਨ ਤੋਂ ਬਾਅਦ ਆਪਾਂ ਸੈਕਿੰਡ ਵੇ ਨਾਲ ਆਲੂ ਪਰਾਂਠਾ ਬਣਾਉਣਾ ਸ਼ੁਰੂ ਕਰਾਂਗੇ। ਦੇਖਦੇ ਹਾਂ ਉਹ ਕਿੱਦਾਂ ਬਣਦਾ ਆ। ਹੁਣ ਆਪਾਂ ਇੱਕ ਹੋਰ ਬਾਊਲ ਲਵਾਂਗੇ, ਉਹਦੇ ਵਿੱਚ ਆਪਾਂ ਐਡ ਕਰਾਂਗੇ 1 ਕਟੋਰੀ ਕਣਕ ਦਾ ਆਟਾ। ਇਹਨੂੰ ਆਪਾਂ ਕੀ ਕਰਨਾ ਆ, ਪਾਣੀ ਦੀ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਇਹਦਾ ਇੱਕ ਸੌਫਟ ਡੋ ਰੈਡੀ ਕਰਨਾ ਆ। ਕੁਛ ਵੀ ਹੋਰ ਐਡ ਨਹੀਂ ਕਰਨਾ ਆਪਾਂ, ਜਸਟ ਕਣਕ ਦਾ ਆਟਾ ਐਡ ਕਰਨਾ ਅਤੇ ਪਾਣੀ ਪਾ ਕੇ ਇਹਦਾ ਸੌਫਟ ਡੋ ਰੈਡੀ ਕਰ ਲੈਣਾ ਆ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਆਪਾਂ ਇਹਦਾ ਡੋ ਬਣਾਵਾਂਗੇ ਤਾਂ ਕਿ ਆਟੇ ਦੀਆਂ ਜਿਹੜੀਆਂ ਉਹ ਗੰਢਾਂ ਨਾ ਬਣ ਜਾਣ। ਇੰਨਾ ਕੁ ਆਪਾਂ ਨੂੰ ਜਿਹੜੀ ਡੋ ਦੀ ਕੰਸਿਸਟੈਂਸੀ ਆ ਇੰਨੀ ਕੁ ਚਾਹੀਦੀ ਆ। ਹੁਣ ਆਪਾਂ ਇਹਦੇ ਵਿੱਚ ਆਲੂ ਆ ਜਿਹੜਾ ਮਿਕਸਚਰ ਉਬਲੇ ਹੋਏ ਆਲੂ ਦਾ ਉਹ ਐਡ ਕਰਾਂਗੇ। ਇਹਨੂੰ ਵੀ ਚੰਗੀ ਤਰ੍ਹਾਂ ਆਪਣੇ ਡੋ ਦੇ ਵਿੱਚ ਮਿਕਸ ਕਰ ਲਾਂਗੇ। ਸਾਰੇ ਮਿਕਸਚਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ। ਮਿਕਸਚਰ ਆਪਣਾ ਮਿਕਸ ਹੋਣ ਤੋਂ ਬਾਅਦ ਪਰਾਂਠਾ ਬਣਾਉਣਾ ਸ਼ੁਰੂ ਕਰਦੇ ਹਾਂ। ਮਿਕਸ ਚੰਗੀ ਤਰ੍ਹਾਂ ਮਿਕਸਚਰ ਆਪਣੇ ਡੋ ਦੇ ਵਿੱਚ ਮਿਕਸ ਹੋ ਗਿਆ, ਹੁਣ ਆਪਾਂ ਪਰਾਂਠਾ ਬਣਾਉਣਾ ਸ਼ੁਰੂ ਕਰਦੇ ਹਾਂ। ਫਲੇਮ ਔਨ ਕਰਦੇ ਹਾਂ ਅਤੇ ਨੌਨ ਸਟਿਕ ਪੈਨ ਯੂਜ਼ ਕਰਾਂਗੇ ਆਪਾਂ। ਪੈਨ ਲੈਂਦੇ ਹਾਂ। ਹੁਣ ਆਪਾਂ 1 ਚਮਚ ਓਇਲ ਯੂਜ਼ ਕਰਾਂਗੇ ਪਰਾਂਠਾ ਬਣਾਉਣ ਦੇ ਲਈ। 1 ਚਮਚ ਓਇਲ, 1/2 ਆਪਾਂ ਡੋ ਬਣਾਇਆ ਤਵੇ 'ਤੇ ਪਾਉਣ ਤੋਂ ਪਹਿਲਾਂ ਆਪਾਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਆ ਤਾਂ ਕਿ ਜਿਹੜਾ ਮਟੀਰੀਅਲ ਆ ਉਹ ਥੱਲੇ ਨਾ ਬੈਠ ਜੇ। ਇਸ ਲਈ ਆਪਾਂ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੌਲੀ ਹੌਲੀ ਸਾਰੇ ਪੈਨ ਦੇ ਵਿੱਚ ਫੈਲਾ ਲੈਣਾ ਆ ਉਹਨੂੰ। ਇਕੁਲੀ ਫੈਲਾ ਕੇ ਗੋਲ ਰੋਟੀ ਦੀ ਸ਼ੇਪ ਦੇਣ ਦੀ ਕੋਸ਼ਿਸ਼ ਕਰਨੀ ਆ। ਹੁਣ ਆਪਾਂ ਚਾਰੋਂ ਸਾਈਡ 'ਤੇ ਓਇਲ ਲਗਾ ਦਾਂਗੇ ਅਤੇ ਥੋੜ੍ਹਾ ਥੋੜ੍ਹਾ ਓਇਲ ਆਪਾਂ ਪਰਾਂਠੇ ਦੇ ਉੱਪਰ ਲਗਾ ਦਾਂਗੇ। ਜੇ ਆਪਾਂ ਇਸ ਤਰੀਕੇ ਦੇ ਨਾਲ ਪਰਾਂਠਾ ਬਣਾਉਂਦੇ ਹਾਂ ਤਾਂ ਬਹੁਤ ਹੀ ਜ਼ਿਆਦਾ ਸੌਫਟ ਬਣਦਾ ਆ, ਨਾ ਹੀ ਆਪਾਂ ਨੂੰ ਆਟਾ ਗੁੰਨਣ ਦੀ ਜਿਹੜੀ ਆ ਹੈਡੇਕ, ਨਾ ਹੀ ਪੀੜਾ ਕਰਨ ਦੀ, ਨਾ ਵਿੱਚ ਮਟੀਰੀਅਲ ਭਰਨ ਦੀ। ਬਹੁਤ ਹੀ ਈਜ਼ੀ ਵੇ ਆ ਇੱਦਾਂ ਪਰਾਂਠਾ ਬਣਾਉਣ ਦਾ। ਆਪਾਂ ਇਹਨੂੰ ਪਲਟ ਕੇ
ਤੇ ਉੱਪਰੋਂ ਥੋੜਾ ਥੋੜਾ ਨੱਪ ਕੇ ਉਹਨੂੰ ਰਾੜ ਲਾਂਗੇ। ਚਾਰੋਂ ਸਾਈਡਸ ਤੋਂ ਘੁਮਾਉਂਦੇ ਹੋਏ ਆਪਾਂ ਚੰਗੀ ਤਰ੍ਹਾਂ ਰਾੜ ਲੈਣਾ ਆ ਪਰਾਂਠੇ ਨੂੰ। ਉਲਟ ਪੁਲਟ ਕਰਦੇ ਹੋਏ ਆਪਾਂ ਇਹਨੂੰ ਬਣਾਵਾਂਗੇ। ਤੁਸੀਂ ਇੱਦਾਂ ਹੀ ਦੇਖ ਸਕਦੇ ਹੋ ਕਿ ਕਿੰਨਾ ਸੌਫਟ ਪਰਾਂਠਾ ਬਣ ਕੇ ਤਿਆਰ ਹੋਏਗਾ ਆਪਣਾ। ਬਹੁਤ ਚੰਗੀ ਤਰ੍ਹਾਂ ਬਹੁਤ ਵਧੀਆ ਰੜਦਾ ਹੈ। ਇਹਨੂੰ ਵੀ ਆਪਾਂ ਜ਼ਿਆਦਾ ਹਾਈ ਫਲੇਮ 'ਤੇ ਨਹੀਂ ਬਣਾ ਸਕਦੇ। ਹਾਈ ਫਲੇਮ 'ਤੇ ਬਣਾਵਾਂਗੇ ਤਾਂ ਇਹ ਥੋੜ੍ਹਾ ਜਲ ਜਾਏਗਾ, ਇਸ ਲਈ ਆਪਾਂ ਮੀਡੀਅਮ ਫਲੇਮ 'ਤੇ ਹੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਮੀਡੀਅਮ ਫਲੇਮ 'ਤੇ ਹੀ ਬਣਾਈਏ। ਆਪਣਾ ਪਰਾਂਠਾ ਆਲਮੋਸਟ ਬਣ ਕੇ ਬਿਲਕੁਲ ਤਿਆਰ ਆ। ਥੋੜ੍ਹਾ ਹੋਰ ਆਪਾਂ ਚੰਗੀ ਤਰ੍ਹਾਂ ਰਾੜ ਲੈਂਦੇ ਹਾਂ। ਥੋੜ੍ਹਾ ਜਿਹਾ ਘਿਓ ਹੋਰ ਲਾ ਕੇ ਇੱਧਰਲੀ ਸਾਈਡ ਤੋਂ ਰਾੜਾਂਗੇ ਪਰਾਂਠਾ। ਆਪਣਾ ਪਰਾਂਠਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਆ। ਤੁਸੀਂ ਵੀ ਇੱਦਾਂ ਪਰਾਂਠਾ ਬਣਾ ਕੇ ਟਰਾਈ ਜ਼ਰੂਰ ਕਰਿਓ ਅਤੇ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ। ਥੈਂਕ ਯੂ।